ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਖਬਾਰ 'ਚ ਆਨਰੇਬਲ ਗਵਰਨਰ ਸਾਹਿਬ ਦੀ ਸਟੇਟਮੈਂਟ ਪੜ੍ਹੀ ਆ ਕਿ ਜਿਹੜਾ ਮੌਜੂਦਾ ਆਮ ਆਦਮੀ ਪਾਰਟੀ ਨੇ SYR ਨੂੰ ਲੈ ਕੇ 20-21 ਤਰੀਕ ਨੂੰ ਸੈਸ਼ਨ ਸੱਦਿਆ, ਉਹ ਸੈਸ਼ਨ ਗੈਰ ਕਾਨੂੰਨੀ। ਮੈਂ ਭਗਵੰਤ ਮਾਨ ਜੀ ਤੁਹਾਨੂੰ ਪੁੱਛਣਾ ਚਾਹੁੰਦਾ, ਅੱਜ ਅਸੀਂ ਪਿੰਡ ਲੁੱਦਰ ਬੈਠੇ ਹਾਂ ਔਰ ਪਿੰਡ ਦੇ ਜ਼ਿੰਮੇਵਾਰ ਸੱਜਣ ਵੀ ਇਹ ਮਹਿਸੂਸ ਕਰਦੇ ਆ ਕਿ SYL ਦੇ ਮੁੱਦੇ ਤੇ, ਪਾਣੀਆਂ ਦੇ ਮੁੱਦੇ ਤੇ ਕੇਵਲ ਰਾਜਨੀਤੀ ਤੁਸੀਂ ਕਿਉਂ ਕਰ ਰਹੇ? ਸਭ ਨੂੰ ਪਤਾ ਕਿ ਤੁਹਾਡੀ ਸਰਕਾਰ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਦੀ ਆ ਔਰ ਕੇਜਰੀਵਾਲ ਸਾਹਿਬ ਨੇ ਆਪਦੀ ਸਥਿਤੀ ਸੁਪਰੀਮ ਕੋਰਟ ਚ ਸਪਸ਼ਟ ਕਰਤੀ ਕਿ ਪਾਣੀ ਪੰਜਾਬ ਦਾ ਹਰਿਆਣੇ ਨੂੰ ਵੀ ਮਿਲਣਾ ਚਾਹੀਦਾ ਔਰ ਦਿੱਲੀ ਨੂੰ ਵੀ ਮਿਲਣਾ ਚਾਹੀਦਾ, SYL ਬਣਨੀ ਚਾਹੀਦੀ। ਤੁਸੀਂ ਵੀ ਪਿਛਲੀ ਤਰੀਕ ਸੁਪਰੀਮ ਕੋਰਟ ਚ ਉੱਥੇ ਸਪਸ਼ਟ ਕਰਤਾ ਕਿ ਅਸੀਂ ਤਾਂ SYL ਨਹਿਰ ਬਣਾ ਕੇ ਰਾਜੀ ਹਾਂ, ਮਗਰ ਵਿਰੋਧੀਆਂ ਪਾਰਟੀ ਸਾਨੂੰ ਰੋਕਦੀਆਂ ਤਾਂ ਇਹ ਨਹਿਰ ਨਹੀਂ ਬਣਦੀ। ਸੁਸ਼ੀਲ ਗੁਪਤਾ ਜਿਹੜੇ ਤੁਹਾਡੇ ਹਰਿਆਣੇ ਦੇ ਇੰਚਾਰਜ ਨੇ, ਪ੍ਰਧਾਨ ਨੇ, ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਜਾ ਕੇ ਹਰਿਆਣੇ ਦੀ ਧਰਤੀ ਤੇ ਜਿਹਦੇ ਨਾਲ ਤੁਸੀਂ ਨਾਲ ਹੀ ਬੈਠੇ ਹੁੰਦੇ ਹੋ, ਉਹਨੇ ਕਹਿ ਤਾ ਕਿ ਪੰਜਾਬ 'ਚ ਸਾਡੀ ਸਰਕਾਰ ਹੈ ਔਰ 24 ਅਖੀਰ ਤੱਕ 25 ਤੱਕ ਜਦੋਂ ਹਰਿਆਣੇ 'ਚ ਸਾਡੀ ਆਪਦੀ ਸਰਕਾਰ ਬਣ ਜੂ, ਅਸੀਂ ਹਰਿਆਣੇ ਦੇ ਕੋਨੇ ਕੋਨੇ 'ਚ ਪਾਣੀ ਪਹੁੰਚਾ ਦਿਆਂਗੇ। ਇਸ ਸਥਿਤੀ ਚ ਤੁਸੀਂ ਰਾਜਸਥਾਨ ਜਾਂਦੇ ਹੋ, ਉੱਥੇ ਰਾਜਸਥਾਨ ਦੀ ਹੱਕ ਦੀ ਪਾਣੀਆਂ ਦੀ ਗੱਲ ਕਰੇ ਹੋ। ਸੁਭਾਵਿਕ ਹੈ ਕਿ ਜਿਹੜਾ ਇਹ ਸੈਸ਼ਨ ਸੱਦਿਆ, ਪਹਿਲੀ ਗੱਲ ਤੇ ਗੈਰ ਕਾਨੂੰਨੀ, ਦੂਜੀ ਗੱਲ ਇਹ ਸੈਸ਼ਨ ਦਾ ਮਕਸਦ ਕੋਈ ਨਹੀਂ, ਮਤਲਬ ਕੋਈ ਨਹੀਂ। ਤੁਸੀਂ ਇੱਕ ਮਤਾ ਪਾਸ ਕਰੋਗੇ, ਮਤੇ ਦਾ ਮਕਸਦ ਹੀ ਕੋਈ ਨਹੀਂ। ਮਤੇ ਦੀ ਲੀਗਲ ਸੈਂਟੀਟੀ, ਕਾਨੂੰਨੀ, ਉਹਦਾ ਪੱਖ ਕੋਈ ਨਹੀਂ। ਸੁਪਰੀਮ ਕੋਰਟ 'ਚ ਤੁਸੀਂ ਜਾ ਕੇ ਕੀ ਕਹਿੰਦੇ ਹੋ, ਕੀ ਕਰਦੇ ਹੋ, ਉਹਦਾ ਪੱਖ ਸਿਰਫ ਮੰਨਿਆ ਜਾਊਗਾ। ਇਸ ਲਈ ਹੱਥ ਜੋੜ ਕੇ ਮੈਂ ਬੇਨਤੀ ਕਰਦਾ, ਕਦੇ ਕਹਿੰਦੇ ਹੋ ਜੀ ਆਪਾਂ ਡਿਬੇਟ ਕਰ ਲਈਏ, ਕਦੇ ਕਹਿੰਦੇ ਹੋ ਜੀ ਮੈਂ ਬਹਿਸ ਕਰਨ ਨੂੰ ਤਿਆਰ ਹਾਂ, ਕਦੇ ਅਸੀਂ ਸੈਸ਼ਨ ਸੱਦ ਲਈਏ। ਕਿਉਂ ਲੋਕਾਂ ਦਾ ਮੂਰਖ ਬਣਾਉਂਦੇ ਹੋ, ਕਿਉਂ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਂਦੇ ਹੋ? ਜੇ ਤੁਸੀਂ ਵਾਕਈ ਸਿੰਸੀਅਰ ਹੋ ਤੇ ਸਭ ਤੋਂ ਪਹਿਲਾਂ ਕੇਜਰੀਵਾਲ ਮਾਫ਼ੀ ਮੰਗੇ ਔਰ ਜਿਹੜਾ ਐਫੀਡੈਵਿਟ ਸੁਪਰੀਮ ਕੋਰਟ 'ਚ ਤੁਸੀਂ ਦਿੱਤਾ ਕੇਜਰੀਵਾਲ ਦੇ ਇਸ਼ਾਰੇ ਤੇ, ਕੇਜਰੀਵਾਲ ਨੇ ਆਪ ਦਿੱਤਾ ਪੰਜਾਬ ਦੇ ਵਿਰੁੱਧ, ਪੰਜਾਬ ਦੇ SYL ਦੇ ਉਲਟ, ਉਸ ਐਫੀਡੈਵਿਟ ਨੂੰ ਵਾਪਸ ਲਓ, ਨਹੀਂ ਤਾਂ ਇਸ ਸੈਸ਼ਨ ਦਾ ਜਾਂ ਤੁਹਾਡੀ ਬਹਿਸ ਦਾ ਸਿਰਫ ਤੇ ਸਿਰਫ ਰਾਜਨੀਤੀ ਕਰਨ ਹੈ, ਹੋਰ ਕੁਛ ਨਹੀਂ। ਇਸ ਲਈ ਔਰ ਇਹ ਗੈਰ ਕਾਨੂੰਨੀ ਸੈਸ਼ਨ, ਮੈਂ ਸਾਰੇ MLA ਨੂੰ ਬੇਨਤੀ ਕਰਦਾ, ਚਾਹੇ ਉਹ ਕਾਂਗਰਸ ਪਾਰਟੀ ਦੇ ਆ, ਚਾਹੇ ਕੋਈ ਆਜ਼ਾਦ ਹੈ, ਚਾਹੇ ਕੋਈ ਸ਼੍ਰੋਮਣੀ ਅਕਾਲੀ ਦਲ ਦਾ, ਭਾਈ ਐਵੇਂ ਲੋਕਾਂ ਦੇ ਖਜ਼ਾਨੇ ਦੇ ਅੱਗੇ ਲੋਕਾਂ ਨੂੰ ਤਾਂ ਤਨਖਾਹਾਂ ਨਹੀਂ ਮਿਲਦੀਆਂ, ਲੋਕਾਂ ਨੂੰ ਬੇਸਿਕ ਸਹੂਲਤਾਂ ਨਹੀਂ ਮਿਲ ਰਹੀਆਂ। 1 ਕਰੋੜ ਰੁਪਈਆ ਖਰਚਾ ਹੋਣਾ ਇੱਕ ਦਿਨ ਦੇ ਸੈਸ਼ਨ ਦਾ, 2 ਕਰੋੜ ਖਰਚਾ ਤਾਂ ਤੁਸੀਂ ਮਿੱਥ ਲਿਆ, ਤੇ ਜੇ ਉਹਦਾ ਕੱਢਣ ਪਾਉਣ ਕੁਛ ਨਹੀਂ ਹੋਣਾ, ਉਹਦਾ ਰਿਜ਼ਲਟ ਹੀ ਕੋਈ ਨਹੀਂ, ਤੇ ਕਿੱਥੇ ਸੋਚੋ ਕਿ ਸਾਨੂੰ ਇਹ ਸੈਸ਼ਨ 'ਚ ਜਾਣਾ ਵੀ ਚਾਹੀਦਾ ਜਿਹਨੂੰ ਗਵਰਨਰ ਸਾਹਿਬ ਨੇ ਕਹਿ ਦਿੱਤਾ ਗੈਰ ਕਾਨੂੰਨੀ? ਇਹ ਸਾਰੀ ਗੱਲਾਂ ਨੂੰ ਵਿਚਾਰਿਓ ਔਰ ਮੇਰੀ ਸਾਰੇ MLA ਨੂੰ ਅਪੀਲ ਹੈ ਕਿ ਐਵੇਂ ਇਹਦੇ ਹੱਥ ਠੋਕਾ, ਇਹਦੇ ਝੂਠ ਦੀ ਰਾਜਨੀਤੀ ਦਾ ਹਿੱਸਾ ਨਾ ਬਣੋ। ਜੇ ਇਹ ਸੈਸ਼ਨ ਇਲੀਗਲ ਹੈ, ਗੈਰ ਕਾਨੂੰਨੀ ਹੈ, ਉੱਥੇ ਜੋ ਕੁਛ ਵੀ ਹੋਣਾ ਉਹਦਾ ਕੋਈ ਪੰਜਾਬ ਨੂੰ ਫਾਇਦਾ ਨਹੀਂ ਮਿਲਣਾ, ਜਿਵੇਂ ਪਿਛਲੇ ਸੈਸ਼ਨ ਨੂੰ ਗੈਰ ਕਾਨੂੰਨੀ ਐਲਾਨਤਾ ਗਿਆ, ਜੋ ਬਿੱਲ ਪਾਸ ਹੋਇਆ ਅੱਜ ਤੱਕ ਉਹ ਕਾਨੂੰਨ ਨਹੀਂ ਬਣ ਸਕੇ। ਫਿਰ ਸੋਚ ਵਿਚਾਰ ਕੇ ਸੈਸ਼ਨ 'ਚ ਜਾਓ, ਐਵੇਂ ਜਾ ਕੇ ਪੰਜਾਬ ਦੇ ਖਜ਼ਾਨੇ ਨੂੰ ਜੀਤੇ, ਅੱਗੇ 3.5 ਲੱਖ ਕਰੋੜ ਦੇ ਲਗਭਗ ਕਰਜ਼ਾ ਚੜ ਗਿਆ, ਹੋਰ ਕਰਜ਼ਾ ਨਾ ਚਾੜੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।